ਪੰਜਾਬ ਦੇ ਵਿੱਚ ਨਸ਼ਾ ਮੁਕਤ ਪੰਜਾਬ ਮੁਹਿੰਮ ਨੂੰ ਕਾਫੀ ਹੁੰਗਾਰਾ ਮਿਲ ਰਿਹਾ ਹੈ। ਪੁਲਿਸ ਜਿੱਥੇ ਤਸਕਰਾਂ ਨੂੰ ਜੇਲ੍ਹਾਂ ਦੇ ਵਿੱਚ ਭੇਜ ਰਹੀ ਹੈ ਤਾਂ ਉੱਥੇ ਪੀੜਤ ਨੌਜਵਾਨਾਂ ਨੂੰ ਨਸ਼ਾ ਛਡਾਓ ਕੇਂਦਰਾਂ ਤੱਕ ਪਹੁੰਚਾਉਣ ਦਾ ਕੰਮ ਵੀ ਜ਼ੋਰ ਸ਼ੋਰ ਨਾਲ ਜਾਰੀ ਹੈ। ਖਬਰ ਬਰਨਾਲਾ ਤੋਂ ਹੈ ਜਿੱਥੇ ਹੁਣ ਤੱਕ ਸਮਾਜ ਸੇਵੀ ਸੰਸਥਾਵਾਂ ਅਤੇ ਪ੍ਰਸ਼ਾਸਨ ਦੀ ਸਹਾਇਤਾ ਨਾਲ 145 ਵਿਅਕਤੀਆਂ ਨੂੰ ਨਸ਼ਾ ਛਡਾਓ ਕੇਂਦਰਾਂ ਤੱਕ ਪਹੁੰਚਾਇਆ ਜਾ ਚੁੱਕਿਆ ਹੈ। SSP ਹਰਜੀਤ ਸਿੰਘ ਮੁਤਾਬਕ ਸਖ਼ਤ ਨਿਰਦੇਸ਼ ਦਿੱਤੇ ਗਏ ਨੇ ਕਿ ਪੁਲਿਸ ਪੀੜਤਾਂ ਦੀ ਮਦਦ ਕਰੇ ਅਤੇ ਕਿਸੇ ਨਾਲ ਧੱਕੇਸ਼ਾਹੀ ਨਾ ਹੋਵੇ। ਸਾਡੇ ਵੱਲੋਂ ਜਿਹੜੀਆਂ SHO ਅਤੇ DSP ਦੀਆਂ ਜਿਹੜੀਆਂ ਟੀਮਾਂ ਬਣਾਈਆਂ ਗਈਆਂ ਹਨ, ਉਹ ਜਿਹੜਾ ਡੈਪੋਜ਼ ਨੇ ਸਾਡੇ ਪਿੰਡਾਂ ਦੇ ਵਿੱਚ ਡੈਜ਼ੀਗਨੇਟਡ ਡੈਪੋਜ਼, ਉਹਨਾਂ ਦੇ ਨਾਲ ਤਾਲਮੇਲ ਰੱਖ ਰਹੇ ਨੇ। ਇਸ ਤੋਂ ਇਲਾਵਾ ਸਾਰੇ ਪਿੰਡਾਂ ਦੇ ਵਿੱਚ SHO ਅਤੇ DSP ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ। ਇਹਨਾਂ ਨਸ਼ਾ ਵਿਰੋਧੀ ਮੀਟਿੰਗਸ ਦੇ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਕਿ ਜੇਕਰ ਉਹਨਾਂ ਦੇ ਪਿੰਡ ਦੇ ਵਿੱਚ ਕੋਈ ਵਿਅਕਤੀ ਨਸ਼ਾ ਕਰਦਾ ਉਹਨਾਂ ਦੀ ਜਾਣਕਾਰੀ ਦੇ ਵਿੱਚ ਹੈ ਤਾਂ ਉਸਨੂੰ ਇਲਾਜ ਵਾਸਤੇ ਸਾਡੇ ਪਾਸ ਜਾਂ ਸਿਵਲ ਡਿਪਾਰਟਮੈਂਟ ਦੇ ਪਾਸ ਜਾਣੂ ਕਰਵਾਇਆ ਜਾਵੇ ਜਾਂ ਭੇਜਿਆ ਜਾਵੇ। ਹੁਣ ਤੱਕ ਸਾਡੇ ਜ਼ਿਲ੍ਹੇ ਬਰਨਾਲੇ ਦੇ ਵਿੱਚ ਲਗਭਗ 145 ਦੇ ਕਰੀਬ ਵਿਅਕਤੀਆਂ ਨੂੰ ਪੁਲਿਸ ਅਤੇ ਸਿਵਲ ਡਿਪਾਰਟਮੈਂਟ ਦੀ ਸਾਂਝੀ ਮੁਹਿੰਮ ਤਹਿਤ ਉਹਨਾਂ ਨੂੰ ਨਸ਼ਾ ਛੁਡਾਉਣ ਵਾਸਤੇ ਸਿਵਲ ਹਸਪਤਾਲ ਤੋਂ ਅਤੇ ਡੀਐਡਿਕਸ਼ਨ ਸੈਂਟਰ ਦੇ ਵਿੱਚ ਜਿਹੜੇ ਡਾਕਟਰਸ ਨੇ ਉਹਨਾਂ ਦੀ ਸਹਾਇਤਾ ਦੇ ਨਾਲ ਦਵਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਜਿਹੜੀ ਸਾਡੀ ਨਸ਼ਾ ਰੋਕੂ ਮੁਹਿੰਮ ਹੈ ਉਹਦੇ ਵਿੱਚ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਉੱਤੇ ਰੈਗੂਲਰ ਰੇਡ ਕੀਤੀਆਂ ਜਾ ਰਹੀਆਂ ਹਨ ਅਤੇ ਪਿਛਲੇ 1 ਮਹੀਨੇ ਦੇ ਵਿੱਚ ਲਗਭਗ 10 ਦੇ ਕਰੀਬ ਵਿਅਕਤੀਆਂ ਉੱਤੇ ਪਰਚਾ ਦੇਣ ਉਪਰੰਤ ਜਿਹੜੇ ਕਿ ਸਾਈਕੋਟ੍ਰੋਪਿਕ ਸਬਸਟਾਂਸਿਸ ਵੇਚਦੇ ਸੀਗੇ ਮੁੱਖ ਤੌਰ 'ਤੇ ਉਹਨਾਂ 'ਤੇ ਪਰਚਾ ਦੇ ਕੇ ਅਤੇ ਉਹਨਾਂ ਨੂੰ ਤਫਤੀਸ਼ ਦੇ ਵਿੱਚ ਹੋਰ ਵੀ ਜਾਣਕਾਰੀ ਪ੍ਰਾਪਤ ਕਰਕੇ ਨਸ਼ੇ ਨੂੰ ਰੋਕਣ ਦਾ ਪੂਰਾ ਉਪਰਾਲਾ ਕੀਤਾ ਜਾ ਰਿਹਾ। ਸਾਡੇ ਕੋਲ ਓਟ ਦੇ ਵਿੱਚ ਓਟ ਪ੍ਰੋਗਰਾਮ ਗੌਰਮੈਂਟ ਦਾ ਲਾਂਚ ਕੀਤਾ ਹੋਇਆ ਹੈ, ਠੀਕ ਹੈ, ਅਤੇ ਇਹਦੇ 'ਚ ਸਾਡੇ ਕੋਲ ਮਹੀਨੇ ਦੇ ਵਿੱਚ 15 ਤੋਂ 20 ਪੇਸ਼ੈਂਟ ਆਉਂਦੇ ਸੀ ਓਟ ਦੇ ਵਿੱਚ। ਹੁਣ 15 ਤਰੀਕ ਤੱਕ ਹੀ 75 ਪੇਸ਼ੈਂਟ ਰਜਿਸਟਰ ਕਰ ਚੁੱਕੇ ਸੀ ਓਟ ਦੇ ਵਿੱਚ, ਅਤੇ ਉਸ ਤੋਂ ਇਲਾਵਾ ਡੀਡਿਕਸ਼ਨ ਸੈਂਟਰ ਦੇ ਵਿੱਚ ਵੀ ਬਹੁਤ ਪੇਸ਼ੈਂਟਾਂ ਦਾ ਵਾਧਾ ਹੋਇਆ। ਇਸ ਵੇਲੇ 22 ਪੇਸ਼ੈਂਟ ਡੀਡਿਕਸ਼ਨ ਸੈਂਟਰ 'ਚ ਦਾਖਲ ਹੈ ਸਾਡੇ ਕੋਲ, ਅਤੇ ਰੀਹੈਬ ਸੈਂਟਰ 'ਚ ਵੀ ਜਿਹੜਾ ਰੀਹੈਬਿਲੀਟੇਸ਼ਨ ਸੈਂਟਰ ਹੈ ਖੁੱਡੀ ਰੋਡ 'ਤੇ, ਉੱਥੇ ਵੀ 16 ਪੇਸ਼ੈਂਟ ਦਾਖਲ ਹੋਏ ਨੇ ਜਿਹੜੇ ਕਿ ਨਸ਼ਾ ਛੱਡਣ ਲਈ ਆਏ। ਬਾਈ ਜੀ, ਭਾਈ ਆ ਡੋਡੇ ਖਾਂਦਾ ਸੀਗਾ, ਇੱਕ ਟਾਈਮ ਦਾ ਆਉਂਦਾ ਉਹ ਰਹਿ ਕੇ MP 'ਚ ਮਹਾਰਾਸ਼ਟਰ 'ਚ ਗੱਡੀ ਚਲਾਉਂਦਾ ਰਿਹਾ ਹੈਗਾ, 3 ਦਿਨ ਸਟਾਂਗ ਨਾਲ ਕੱਢਦਾ ਸੀਗਾ, ਡੋਡੇ ਮੈਂ ਸੜਤੇ, ਹੁਣ ਵੀ ਡਰਾਈਵਰੀ ਕਰਦਾਗਾ, ਅਤੇ ਦਾਰੂ ਬਾਈ ਜੀ ਡੱਕਵੀਂ ਪੀਂਦਾ, ਤੜਕੇ ਉੱਠ ਕੇ ਵਧੀਆ ਬਿਨਾਂ ਮੈਥੋਂ ਉੱਠਿਆ ਨਹੀਂ ਜਾਂਦਾ। ਇਹ ਵੀ ਮੈਂ ਘਟਾਉਣ ਦੀ ਜ਼ਰੂਰਤ ਕਰਦਾ ਵੀ ਮੇਰੀ ਸੁੱਟ ਜੇ। ਅਸੀਂ ਸਰਕਾਰੀ ਹਸਪਤਾਲ 'ਚ ਵੀਰ ਜੀ ਬਰਨਾਲੇ ਆਏ ਹਾਂ, ਠੀਕ ਹੈ ਜੀ, ਅਤੇ ਹੁਣ ਮੈਂ ਦਾਰੂ ਦੀ ਦਵਾਈ ਲੈਣਾ ਆ। ਇਹ ਦਾਰੂ ਐਕਸੀਡੈਂਟ ਬਹੁਤ ਕਰਾਉਂਦੀ ਆ, ਗਲਤ ਕੰਮ ਬਹੁਤ ਕਰਾਉਂਦੀ ਆ, ਇਹ ਮੈਂ ਦਾਰੂ ਛੱਡਣੀ ਚਾਹੁੰਦਾ।